ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਬਾਲਵਿਕ ਸਮਾਜ ਵੱਲੋਂ ਅੱਜ ਪੂਰੇ ਪੰਜਾਬ ਨੂੰ ਬੰਦ ਕਰਨ ਦੀ ਕਾਲ ਦਿੱਤੀ ਸੀ, ਜਿਹੜੀ ਕਿ ਸਫਲਤਾ ਪੂਰਵਕ ਬੰਦ ਰਹੀ ਹੈ। ਪਰ ਅੱਜ ਕੁਝ ਸਮਾਂ ਪਹਿਲਾਂ ਜਿਹੜਾ ਕਿ ਨਕੋਦਰ ਦੇ ਵਿੱਚ ਗੋਲੀ ਚੱਲੀ ਆ, ਉਸ ਨੂੰ ਲੈ ਕੇ ਜਿਹੜੇ ਕਿ ਹਾਲਾਤ ਥੋੜ੍ਹੇ ਜਿਹੇ ਨਾਜ਼ੁਕ ਹੋ ਰਹੇ ਆ। ਫਗਵਾੜਾ ਸ਼ਹਿਰ ਦੇ ਹਾਲਾਤ ਕਿਸ ਤਰ੍ਹਾਂ ਹਨ, ਕਿਉਂਕਿ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ, ਉਹ ਵੀ ਆਪਣੀ ਗੱਡੀ ਲੈ ਕੇ ਸ਼ਹਿਰ ਦੇ ਵੱਖ ਵੱਖ ਕੋਨਿਆਂ ਦੌਰਾ ਕਰ ਰਹੇ ਆ, ਬਾਲਵਿਕ ਸਮਾਜ ਦੇ ਲੀਡਰਸ਼ਿਪ ਨਾਲ ਮੀਟਿੰਗ ਕਰਦੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਮਾਨ ਸਾਹਿਬ, ਜਿਹੜੀ ਇਹ ਗੋਲੀ ਚੱਲੀ ਆ ਕੁਝ ਸਮਾਂ ਪਹਿਲਾਂ ਨਕੋਦਰ ਦੇ ਵਿੱਚ, ਤੁਸੀਂ ਹੁਣ ਦੌਰਾ ਕਰ ਰਹੇ ਹੋ, ਬਾਲਵਿਕ ਸਮਾਜ ਦੇ ਨਾਲ ਮੀਟਿੰਗਾਂ ਵੀ ਕਰਕੇ ਆਏ ਹੋ, ਕਿਸ ਤਰ੍ਹਾਂ ਦਾ ਮਾਹੌਲ ਹੈ? ਮੈਂ ਸਮਝਦਾ ਕਿ ਐਜੀਟੇਸ਼ਨ ਤਾਂ ਕੋਈ ਨਹੀਂ ਚਾਹੁੰਦਾ, ਲੇਕਿਨ ਜਿਹੜੇ ਚੈਨਲ ਵਾਲੇ ਕੁਛ ਚੈਨਲ ਜਿਹੜੇ ਇਸ ਤਰ੍ਹਾਂ ਧਰਮ ਨਾਲ ਛੇੜਛਾੜ ਕਰਦੇ ਆ ਜਾਂ ਕਿਸੇ ਗੁਰੂ ਪੀਰ ਔਲੀਏ ਦੇ ਨਾਲ ਇਸ ਤਰ੍ਹਾਂ, ਇਹ ਨਹੀਂ ਚਾਹੀਦਾ। ਕਿਉਂਕਿ ਇਹ ਜਿਹੜਾ ਐਂਸ਼ੀਅੰਟ ਇੰਡੀਆ ਹੈਗਾ, ਪੁਰਾਣੀ ਹਿਸਟਰੀ ਸਾਡੀ ਹੈਗੀ, ਇਤਿਹਾਸ ਹੈਗਾ, ਉਹਦੇ ਵਿੱਚ ਜੋ ਪ੍ਰਭੂ ਬਾਲਮੀਕ ਜੀ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਐਜ ਏ ਗੁਰੂ ਜੱਸਾ ਪ੍ਰਗਟ ਕੀਤਾ ਗਿਆ, ਸੀਤਾ ਛੱਡ ਜਾਣਾ, ਰਾਮ ਜੀ ਦਾ ਜਾਣਾ, ਔਰ ਸਾਰਾ ਉਹ ਇੱਕ ਬਹੁਤ ਵੱਡੀ ਰਮਾਇਣ ਦਾ ਹੈ ਜੋ ਉਹਨਾਂ ਨੇ ਕੁਛ ਬਹੁਤ ਸਮਾਂ ਪਹਿਲਾਂ ਲਿਖੀ। ਔਰ ਉਹਨਾਂ ਜਦੋਂ ਕਿਸੇ ਕੌਮ ਦੇ ਕਿਸੇ ਰਿਲੀਜੀਅਸ ਸੈਂਟੀਮੈਂਟ ਨਾਲ ਛੇੜਛਾੜ ਹੁੰਦੀ ਹੈ ਜਾਂ ਉਹਨਾਂ ਦੀਆਂ ਭਾਵਨਾ ਨੂੰ ਹੁੰਦੀਆਂ, ਤਾਂ ਉਸ ਵੇਲੇ ਟਕਰਾਅ ਜ਼ਰੂਰੀ ਹੁੰਦਾ। ਮੋਸਟ ਪ੍ਰੋਬਬਲੀ ਜਿੰਨੇ ਵੀ ਦੇਸ਼ ਦੇ ਵਿੱਚ ਇਸ ਮੇਨ ਯੁੱਧ ਹੋਏ ਨੇ, ਚਾਹੇ ਕਰਬਲਾ ਦਾ ਹੋਵੇ 1857 ਦਾ, ਉਹਦੇ ਵਿੱਚ ਇਸ ਤਰ੍ਹਾਂ ਦੀ ਸੈਂਟੀਮੈਂਟਲ ਸੀ ਕਿ ਉਹ ਗੋਲੀ ਮੂੰਹ 'ਚ ਪਾਣੀ ਪੈਂਦੀ ਸੀ। ਤਾਂ ਮੈਂ ਇਹ ਸਮਝਦਾ ਕਿ ਜਦੋਂ ਇਸ ਤਰ੍ਹਾਂ ਦੇ ਕਟਾਸ਼ ਆਉਂਦੇ ਨੇ, ਤਾਂ ਇੱਕ ਹੈ ਉਹਦੀ ਰਿਸਪੋਂਸੀਬਿਲਟੀ ਸੈਂਸਰ ਬੋਰਡ ਦੀ, ਗਵਰਨਮੈਂਟ ਦੀ ਬਣਦੀ ਹੈ ਕਿ ਉਹਨਾਂ ਨੂੰ ਜਲਦੀ ਜਲਦੀ ਖਤਮ ਕੀਤਾ ਜਾਵੇ। ਜਦੋਂ ਤੱਕ ਫਾੜੇ ਦੇ ਸਾਡੇ ਹਾਲਾਤ ਨੇ ਉਹ ਨੋਰਮਲ ਨੇ, ਬਾਜ਼ਾਰ 'ਚ ਗਏ ਨੇ, ਹਰ ਕੋਈ ਨਹੀਂ ਚਾਹੁੰਦਾ ਕਿ ਬਾਜ਼ਾਰ ਬੰਦ ਹੋਵੇ। ਈਵਨ ਜਿਹੜੇ ਸਾਡੇ ਮੁੰਡੇ ਐਜੀਟੇਸ਼ਨ ਕਰਦੇ ਨੇ, ਉਹ ਵੀ ਨਹੀਂ ਚਾਹੁੰਦੇ ਬਾਜ਼ਾਰ ਹੁੰਦੇ, ਕੋਈ ਸਾਰੇ ਦਿਹਾੜੀ ਦੱਪਾ ਕਰਕੇ ਆਪਾਂ ਕੰਮ ਕਰਦੇ ਨੇ। ਫਾੜੇ ਇੰਸੀਡੈਂਟ ਹੋਇਆ, ਮੰਦਭਾਗਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਿੱਦਾਂ ਦੀ ਸਿਚੁਏਸ਼ਨ ਜੀ, ਮੈਂ ਉੱਥੇ ਜਾ ਕੇ ਨਹੀਂ ਦੇਖਿਆ, ਲੇਕਿਨ ਇਹ ਬਹੁਤ ਮਾੜੀ ਗੱਲ ਹੈ ਕਿ ਇੱਕ ਤਾਂ ਬੰਦੇ ਪਹਿਲਾਂ ਹੀ ਸੈਂਟੀਮੈਂਟਲ ਕਰਕੇ, ਰਿਲੀਜੀਅਸ ਸੈਂਟੀਮੈਂਟ ਕਰਕੇ ਜਿਹੜੇ ਉਹ ਹਰਟ ਹੁੰਦੇ ਨੇ, ਦੂਜੀ ਉਹਨਾਂ ਦੇ ਇਸ ਤਰ੍ਹਾਂ ਫਿਜ਼ੀਕਲੀ ਹੋ ਜਾਣਾ। ਇਹ ਸਰਕਾਰ ਨੂੰ ਚਾਹੀਦਾ ਸੀ ਇਹਨੂੰ ਇਸ ਘਟਨਾ ਨੂੰ ਬਚਾਇਆ ਜਾਵੇ, ਔਰ ਇਸ ਉਸ ਬੰਦੇ ਨੂੰ ਤਰੀਕੇ ਨਾਲ ਪੈਸੀਫਾਈ ਕੀਤਾ ਜਾਵੇ ਜੋ ਕੁਛ ਹੋਇਆ। ਸਮਾਜ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਦੋਂ ਇਸ ਤਰ੍ਹਾਂ ਐਜੀਟੇਸ਼ਨ ਹੁੰਦੀ ਹੈ ਤਾਂ ਬਹੁਤ ਸਾਰਾ ਨੁਕਸਾਨ ਹੁੰਦਾ, ਲੇਕਿਨ ਦੂਜੇ ਪਾਸੇ ਜਦੋਂ ਰਿਲੀਜੀਅਸ ਸੈਂਟੀਮੈਂਟਲ ਜਦੋਂ ਹਾਈ ਚੱਲ ਜਾਂਦੀਆਂ ਨੇ, ਤਾਂ ਉਦੋਂ ਇਸ ਤਰ੍ਹਾਂ ਦੇ ਜਿਹੜੇ ਗੁੱਸੇ ਆਉਂਦੇ ਨੇ। ਦੇਖੋ, ਜਿਹੜੇ ਚੈਨਲ ਵਾਲੇ ਸੈਂਸਰ ਬੋਰਡ ਹੈਗੇ ਆ ਜਾਂ ਗਵਰਨਮੈਂਟਸ ਹੈਗੀਆਂ, ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਕਮੈਂਟਸ ਜਿਹੜੇ ਹੈਗੇ ਆ ਜਿਹੜੇ ਦਿੱਤੇ ਨੇ ਉਹਨਾਂ ਨੇ ਚੈਨਲ 'ਤੇ ਆਏ ਨੇ, ਕਲਰ ਚੈਨਲ 'ਤੇ, ਉਹ ਮਾੜੀ ਗੱਲ ਨਹੀਂ ਹੋਣੇ ਚਾਹੀਦੇ। ਅੱਜ ਜ਼ਮਾਨਾ ਬਹੁਤ ਅੱਗੇ ਚਲਾ ਗਿਆ, ਸਾਇੰਸ ਦਾ ਯੁੱਗ ਹੈ, ਅੱਜ ਹਰ ਬੰਦਾ ਜਾਣਦਾ ਹੈ, ਸਾਰੀ ਹਿਸਟਰੀ ਤੁਹਾਨੂੰ ਟੈਲੀਫੋਨ 'ਤੇ ਮਿਲਦੀ ਹੈ, ਮੀਡੀਆ 'ਤੇ ਮਿਲਦੀ ਹੈ, ਕੌਣ ਮੀਡੀਆ 'ਤੇ ਮਿਲਦੀ ਹੈ। ਮੈਂ ਸਮਝਦਾ ਇਸ ਦਾ ਟਕਰਾਓ ਦੇ ਨੂੰ ਪੈਦਾ ਕਰਨਾ ਹੀ ਬਹੁਤ ਗਲਤ ਹੈ। ਜਦ ਤੱਕ ਫਗਵਾੜੇ ਦੀ ਗੱਲ ਹੈ, ਇੱਕ ਸੈਂਸਿਟਿਵ ਸ਼੍ਰੀ ਹੈਗਾ, ਮੈਂ ਇਹ ਸਮਝਦਾ, ਲੇਕਿਨ ਫਿਰ ਵੀ ਉਸ ਦੇ ਬਾਵਜੂਦ ਵੀ ਪਿਛਲੀ ਵਾਰੀ ਤੁਹਾਨੂੰ ਪਤਾ 2 ਤਰੀਕ ਨੂੰ ਇੱਕ ਘਟਨਾ ਹੋਈ ਸੀ, ਫਿਰ 12 ਤਰੀਕ ਨੂੰ ਇੱਕ ਹੋਰ ਹੋ ਗਈ ਸੀ ਘਟਨਾ, ਲੇਕਿਨ ਉਸ ਮਾਹੌਲ ਦੇ ਵਿੱਚ ਉਸ ਮਾਨ ਸਾਹਿਬ ਜਦੋਂ ਇਹ ਪਹਿਲਾਂ ਸ਼ਾਂਤੀਪੂਰਵਕ ਪੰਜਾਬ ਚੱਲ ਰਿਹਾ ਸੀ, ਜਦੋਂ ਗੋਲੀ ਚੱਲੀ ਆ ਨਕੋਦਰ ਦੇ ਵਿੱਚ, ਤੇ ਸਾਨੂੰ ਹੁਣੇ ਸੂਚਨਾ ਮਿਲੀ ਆ ਕਿ ਜਲੰਧਰ ਹਾਈਵੇ 'ਤੇ ਰਾਮਾ ਮੰਡੀ ਜਾਂ ਮਕਡੋਨਲ ਦੇ ਕੋਲ ਕੁਝ ਨੌਜਵਾਨ ਹਥਿਆਰਾਂ ਨਾਲ ਖੜਿਆ ਸੀ, ਉੱਥੇ ਸਰਵੇ ਕਰਨ ਜਾ ਰਹੇ, ਦੇਖਣ ਜਾ ਰਹੇ ਹਾਂ। ਨਹੀਂ, ਮੈਂ ਤੇ ਫਗਵਾੜੇ ਦੇ ਵਿੱਚ ਤੁਸੀਂ ਸਾਰਿਆਂ ਨਾਲ ਮੀਟਿੰਗ ਕਰਕੇ ਆਏ ਹੋ, ਸਾਰਾ ਕੁਝ ਠੀਕ ਠਾਕ ਹੈ? ਨਹੀਂ, ਫਗਵਾੜਾ ਬਿਲਕੁਲ ਠੀਕ ਹੈ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਹੱਥ ਜੋੜ ਕੇ ਵੀ ਬੇਨਤੀ ਕੀਤੀ ਹੈ, ਆਪਾਂ ਜਿਹੜੀ ਵੀ ਗੱਲ ਹੈ ਉਸ ਨੂੰ ਸ਼ਾਂਤੀ ਤਰੀਕੇ ਦੇ ਨਾਲ, ਫਸਟ ਆਫ ਆਲ ਵੀ ਆਰ ਅਸੀਂ ਫਗਵਾੜੇ ਦੇ ਸ਼ਹਿਰੀ ਹੈ, ਔਰ ਫਗਵਾੜੇ ਦੇ ਸ਼ਹਿਰੀਆਂ ਦੀ ਸਭ ਤੋਂ ਵੱਡੀ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਅਮਨ ਅਤੇ ਪੀਸ ਬਣਾ ਕੇ ਰੱਖੀਏ। ਪਰ ਦੂਜੇ ਪਾਸੇ ਮੇਰੇ ਮਨ 'ਚ ਇਸ ਗੱਲ ਦਾ ਦੁੱਖ ਵੀ ਹੈ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਕੋਦਰ ਵਾਲੇ ਜਾਂ ਜੋ ਉਹਨਾਂ ਬਾਰੇ ਪ੍ਰਭੂ ਬਾਲ ਜੀ ਬਾਰੇ ਕਿਹਾ ਗਿਆ, ਇਹ ਗੱਲਾਂ ਗਲਤ ਨਹੀਂ, ਇਹ ਪਹਿਲਾਂ ਰੁਕਣੀਆਂ ਚਾਹੀਦੀਆਂ ਤਾਂ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟਿੰਗ ਨਾ ਹੋਵੇ, ਪੈਦਾ ਨਾ ਹੋਵੇ। ਇਹ ਸਨ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਂ, ਜਿਹੜੇ ਕਿ ਪੂਰੇ ਸ਼ਹਿਰ ਦਾ ਦੌਰਾ ਕਰ ਰਿਹਾ, ਜਿਹੜੀ ਨਕੋਦਰ ਦੇ ਵਿੱਚ ਗੋਲੀ ਚੱਲੀ ਆ ਉਸ ਦੇ ਸੰਬੰਧ ਵਿੱਚ ਵੀ ਬਾਲਵਿੰਗ ਸਮਾਜ ਦੇ ਲੀਡਰਸ਼ਿਪ ਨਾਲ ਮੀਟਿੰਗ ਕਰ ਰਿਹਾ। ਇਹਨਾਂ ਦਾ ਕਹਿਣਾ ਹੈ ਕਿ ਫਗਵਾੜੇ ਦੇ ਵਿੱਚ ਸਥਿਤੀ ਬਿਲਕੁਲ ਠੀਕ ਠਾਕ ਹੈ, ਅਤੇ ਇਹਨਾਂ ਨੂੰ ਪੂਰੀ ਆਸ ਹੈ ਕਿ ਜਿਹੜਾ ਫਗਵਾੜੇ ਦੇ ਬਾਲਵਿੰਗ ਸਮਾਜ ਜਾਂ ਹੋਰ ਵੀ ਸਮਾਜਾਂ ਲੋਕ ਆਪਸੀ ਭਾਈਚਾਰਾ ਕਾਇਮ ਕਰਕੇ ਰਹਿਣਗੇ। ਕੈਮਰਾ ਪਵਨ ਦੇ ਨਾਲ ਹਰਦੀਪ ਸਿੰਘ, ਤੱਗੜ, ਸਾਂਝ ਟੀਵੀ, ਫਗਵਾੜਾ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।